ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਅਯੋਧੀ ਅਕੱਤਰ ਗੁਰੂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜਨਮ ਸਵਾਲ ਕਰਕੇ ਚੱਲਿਆ ਸੱਚੀ ਸ੍ਰੇ ਚਾਹੇ ਸੱਚਾ ਦਾਸ ਤੋਂ ਪਹਿਲਾਂ ਦਸਰਾ ਸਾਹਿਬ ਸਾਹਿਬ ਸਿੰਘ ਜੀ ਮਾਤਾ ਜੀ ਸੁਰਜੀਤ ਕੌਰ ਦੇ ਜੋ ਪਤੀ ਸਨ ਗਿਆਨੀ ਹਰਭਗਤ ਸਿੰਘ ਜੀ ਜਿਹਨਾਂ ਦਾ ਇਹ ਜਿਹੇ ਮਹਾਂਪੁਰਸ਼ਾਂ ਨਾਲ ਸੰਗਤਾਂ ਨਾਲ ਸਹਿਯੋਗ ਬਣ ਜਾਏ ਉਹਦੀ ਬੀਬੀਆਂ ਬਹੁਤ ਕਰਮਾਂ ਵਾਲੀਆਂ ਬਹੁਤ ਵੱਡੇ ਕਰਮਾਂ ਵਾਲੀਆਂ ਸੰਤ ਦਾ ਮਾਰਗ ਧਰਮ ਦੀ ਬੋਲੀ ਕੋਟ ਭਾਗੀ ਪਾਏ ਕੋਟ ਜਨਮ ਕੇ ਕਿਰਤ ਵਾਸਤੇ ਹੱਥ ਚੱਲੇ। ਇਸ ਲਈ ਜਿਸ ਤਰ੍ਹਾਂ ਦੱਸ ਰਿਹਾ ਸਨ ਉਹਨਾਂ ਨੇ ਇੰਨੀਆਂ ਕੁਆਲਟੀਆਂ ਇੰਨੇ ਗੁਣ ਸਨ ਗਿਆਨੀ ਜੀ ਵਿੱਚ ਅਤੇ ਉਹਨਾਂ ਦਾ ਸਹਿਯੋਗ ਸਤਿਕਾਰ ਉਹ ਮਾਤਾ ਸੁਰਜੀਤ ਕੌਰ ਜੀ ਨੇ ਜਿਸ ਤਰ੍ਹਾਂ ਦਿੱਤਾ ਦੇ ਨਾਲ ਇੰਨਾ ਇੰਨਾ ਲੰਬਾ ਸਮਾਂ ਜੇਲ੍ਹਾਂ ਕੱਟੀਆਂ ਕਹਿਣੀ ਗੱਲ ਬਹੁਤ ਸੌਖੀ ਹੈ। ਇਹ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੀ ਕਰ ਸਕਦੇ ਨੇ। ਆਮ ਅਮਰਜੈਂਸੀ ਦੇ ਦੌਰਾਨ ਬਹੁਤ ਬਹੁਤ ਵੱਡੇ ਦੇਸ਼ ਦੇ ਲੋਕ ਬੜੇ ਬੜੇ ਵੱਡੇ ਲੀਡਰ ਜਿਹੜੇ ਸੀ ਉਹ ਵੀ ਜੇਲ੍ਹਾਂ ਦੇ ਵਿੱਚੋਂ ਮਾਰੀਆਂ ਬਣ ਕੇ ਚਲੇ ਗਏ ਸਨ ਅਤੇ ਉਹਨਾਂ ਦੇ ਪਿੱਛੇ ਫਿਰ ਜਿਹੜੀ ਆ ਸਰਕਾਰ ਲੋਕ ਜਿਹੜੀਆਂ ਮਾਤਾ ਦੇ ਭੈਣਾਂ ਹੁੰਦੀਆਂ ਨੇ ਆਪਣੇ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਜਿਸ ਤਰ੍ਹਾਂ ਉਹ ਆਪਣੀ ਲਿਪਤਾ ਨਾਲ ਖੜੇ ਮੱਥੇ ਉਹਨਾਂ ਤੋਂ ਉੱਚੀ ਵੱਲ ਚੱਕ ਕੇ ਆਪਣਾ ਸਮਾਂ ਬਤੀਤ ਕਰਦੀਆਂ ਨੇ ਇਹ ਬਹੁਤ ਵੱਡੀ ਗੱਲ। ਸੋ ਇਸ ਲਈ ਮੈਂ ਬਹੁਤਾ ਸਮਾਂ ਨਹੀਂ ਲੈਣਾ ਜਿਹਨਾਂ ਦਾ ਨਾਂ ਹੀ ਹਰ ਭਗਤ ਹਰੀ ਦੇ ਤਲਕ ਹੋਵੇ ਉਹਨਾਂ ਨੇ ਆ ਕੇ ਸੰਸਾਰ ਦੇ ਵਿੱਚ ਉਹ ਜਿਹੀ ਫੁੱਲਾਂ ਦੀ ਵਰਖਾ ਕਰਨੀ ਸੀ। ਇਹ ਗੁਰੂ ਨਾਮ ਕਿਸੇ ਵੇਲੇ ਭਾਵੇਂ ਮਹਾਂਪਾਪ ਕੱਢਣ 'ਚ ਰੱਖ ਦਿੰਦੇ ਨੇ ਉਹ ਜੋ ਹੈ ਲੋਕ ਸੰਸਾਰ ਨਿਕਲੇ ਉਹਨਾਂ ਦੇ ਉੱਤੇ ਬਹੁਤ ਵੱਡੀ ਗੁਰੂ ਦੀ ਪਹਿਲੇ ਕਿਰਪਾ ਹੁੰਦੀ ਹੈ ਅਤੇ ਉਹਨਾਂ ਨੇ ਪਿਛਲੇ ਜਨਮਾਂ ਦੇ ਵਿੱਚ ਵੀ ਬਹੁਤ ਵੱਡੇ ਵਧੀਆ ਕਰਮ ਕੀਤੇ। ਸੁਨੀਲ ਜੀ ਨੇ ਕਿਹਾ ਨਾ ਗੁਰ ਸੇਵਾ ਅਤੇ ਭਗਤ ਕਮਾਈ ਤਾਂ ਵੀ ਮਨਸ ਦਈ ਪਾਈ ਇਸ ਦਈ ਕੋ ਸਿਮਰੇ ਦੇਵ ਸੋ ਦਈ ਭਾਈ ਹਰ ਕੀ ਸੇਵ ਪਿਛਲੇ ਜਨਮ ਵਿੱਚ ਬਹੁਤ ਚੰਗੇ ਕਰਮ ਕੀਤੇ ਸੀ ਭਗਤੀ ਕੀਤੀ ਸੀ ਮਨੁੱਖ ਕੀਤਾ ਸੀ ਤੇ ਤਾਂ ਤੁਹਾਨੂੰ ਮਨੁੱਖ ਦਾ ਜਨਮ ਪ੍ਰਾਪਤ ਹੋ ਰਿਹਾ ਹੈ। ਅੱਗੇ ਜਾ ਕੇ ਕਿਹਾ ਕਿ ਜਿਹੜੇ ਪਰਲੋਕ ਦੇ ਦੇਵ ਤੇ ਬੈਠੇ ਨੇ ਜਦੋਂ ਉਹਨਾਂ ਦੇ ਪਿਛਲੇ ਪੂਰਨ ਕਰਮ ਕੀਤੇ ਪੂਰੇ ਹੋ ਜਾਣ ਫਿਰ ਉਹ ਕਾਲ ਨੂੰ ਪਰਮਾਤਮਾ ਅੱਗੇ ਬੇਨਤੀ ਜੋੜੀਆਂ ਕਰਦੇ ਨੇ ਸੱਚੇ ਪਾਤਸ਼ਾਹ ਸਾਨੂੰ ਦੁਬਾਰਾ ਫਿਰ ਮਾਤ ਹੋ ਗਈ ਮਨੁੱਖਾ ਜਨਮ ਦੇ ਤਾਂ ਕਿ ਫਿਰ ਅਸੀਂ ਤੇਰੀ ਭਗਤੀ ਕਰਕੇ ਸਿਮਰਨ ਕਰਕੇ ਸੰਸਾਰ ਦੇ ਵਿੱਚ ਬਚਾਈ ਤੇ ਇਮਾਨਦਾਰੀ ਨਾਲ ਵਿਚਰ ਕੇ ਤੇ ਜਨਤਾ ਦੀ ਸੇਵਾ ਕਰਕੇ ਵਿੱਚ ਦੁਨੀਆਂ ਤੇਲ ਕਮਾਈਏ ਤਾਂ ਕਰਕੇ ਬਹਿਤ ਇਹੋ ਜਿਹਾ ਕੰਮ ਕਰੀਏ ਤਾਂ ਕਿ ਸਾਨੂੰ ਫਿਰ ਮੁਕੁੰਦ ਦਾ ਸਥਾਨ ਮਿਲੇ। ਇਹ ਤੁਹਾਡੇ ਵੀ ਕਿਸੇ ਚੋਂ ਕਿਸੇ ਨੂੰ ਮਿਲ ਸਕਦਾ ਪਰ ਅੱਜ ਬੜੀ ਦੌੜ ਲੱਗੀ ਹੈ ਅੱਜ ਮਨੁੱਖ ਨੂੰ ਸਮਾਂ ਹੀ ਨਹੀਂ ਹੈਗਾ ਤੇ ਅੱਜ ਦੇ ਆਉਣ ਵਾਲੇ ਮਨੁੱਖ ਦੇ ਵਿੱਚ ਗਿਆਨੀ ਹਰਭਗਤ ਸਿੰਘ ਵਰਗੇ ਮਾਤਾ ਸੁਰਜੀਤ ਕੌਰ ਵਰਗੇ ਜਿਹੜੇ ਗੁਣ ਨੇ ਉਹ ਨਹੀਂ ਹੋਣੇ ਕਿਉਂਕਿ ਯੁੱਗ ਦਾ ਬੜਾ ਪੌਦਾ ਆ ਗਿਆ। ਜਦੋਂ ਅਸੀਂ ਲਾਲਸਾ ਵੀ ਛੱਡ ਸਕਦੇ ਤਾਂ ਅਸੀਂ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਨਾਲ ਜੋੜ ਨਹੀਂ ਸਕਦੇ। ਸਭ ਤੋਂ ਪਹਿਲਾਂ ਮਨੁੱਖ ਨੂੰ ਲਾਲਸਾ ਛੱਡਣੀ ਪਏਗੀ। ਲਾਲਸਾ ਬਹੁਤ ਰਿਆਇਤ ਕਰ ਜਿਹਦਾ ਕੋਈ ਲਾਲ ਨਹੀਂ ਭੁੱਖ ਮਿਟਦੀ ਰਹੀ ਮਨੁੱਖ ਦੀ ਲੱਖਾਂ ਕਰੋੜਾਂ ਆਤਮਾ ਕਦੀ ਹੋ ਕੇ ਵੀ ਮਿਟ ਰਹੀ ਤੇ ਇਹ ਜੇ ਮਹਾਨ ਸ਼ਕਤੀਆਂ ਦੀ ਜਿਹਨਾਂ ਨੂੰ ਗੁਰੂ ਬਖਸ਼ ਕਰਦਾ ਉਹਨਾਂ ਨੂੰ ਇਲਾਸਾ ਰਹਿੰਦੀ ਨਹੀਂ ਤੇ ਉਹ ਫਿਰ ਪਾਲਸਾ ਕਰ ਪਾਲ ਜਾਂਦੇ ਨੇ। ਇਹ ਜਿਹੇ ਮਨੁੱਖਾਂ ਵਾਸਤੇ ਇਹੀ ਗੱਲ ਕਹੀ ਜਾ ਸਕਦੀ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਵੀ ਸੰਪੂਰਨ ਜੀ ਬਹੁਤ ਵੱਡੀ ਮਹਾਰਾਜ ਦੀ ਗੱਲ ਕਹੀ ਕਿ ਬਰਫ ਹੁੰਦੀ ਹੈ ਉਹਦੇ ਉੱਤੇ ਸੂਰਜ ਦੀਆਂ ਕਿਰਨਾਂ ਗਿਰਦੀਆਂ ਨੇ ਉਹ ਜਿਹੜਾ ਸ਼ਹਿਰ ਹੈ ਜਨਕ ਮਿਲ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਮਾਤਾ ਸੁਰਜੀਤ ਕੌਰ ਵਰਗੀਆਂ ਜੋ ਮਹਾਨ ਆਤਮਾ ਹੁੰਦੀਆਂ ਨੇ ਉਹ ਪ੍ਰਭੂ ਦੇ ਚਰਨਾਂ ਜਾ ਕੇ ਲੀਨ ਹੋ ਜਾਂਦੀਆਂ ਨੇ
ਇਸ ਦੇ ਮਨੋਂ ਦਾ ਸਮਾਂ ਨਾ ਲੈਂਦਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਪੁੱਤ ਤੇ ਅਸੀਂ ਅਭਿਸ਼ੇਕ ਕਰਨਗੇ ਤੇ ਆਪ ਅਰਦਾਸ ਕਰ ਸਕਦੇ ਹਾਂ ਬੇਨਤੀ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਐਸੀ ਮਹਾਨ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਪਿੱਛੇ ਉਹਨਾਂ ਦੇ ਬੱਚੀ ਅਰਜਨ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।